ਟਿਕਟਾਂ ਦੀ ਵੰਡ ਤੋਂ ਪਹਿਲਾਂ ਵਰਕਰਾਂ ਦੇ ਕੋਲ ਕਾਂਗਰਸ ਪਾਰਟੀ ਪਹੁੰਚਦੀ ਪਈ ਹੈ। ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਵਰਕਰਾਂ ਦੇ ਕੋਲ ਪਹੁੰਚ ਕਰ ਰਹੀ ਹੈ ਔਰ ਵਰਕਰਾਂ ਦੇ ਨਾਲ ਖਾਸ ਮੀਟਿੰਗਸ ਕਰਦੀ ਪਈ ਹੈ। ਪੂਰੇ ਪੰਜਾਬ ਦੇ ਵਿੱਚ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ। ਉਸੇ ਸਿਲਸਿਲੇ ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਇਹ ਮੀਟਿੰਗ ਹੁੰਦੀ ਹੈ ਅਤੇ ਇਸ ਮੀਟਿੰਗ ਦੇ ਵਿੱਚ ਵਰਕਰਾਂ ਵੱਲੋਂ ਵੱਡਾ ਹੰਗਾਰਾ ਵੀ ਭਰਿਆ ਗਿਆ। ਵਰਕਰਾਂ ਨੇ ਪਹਿਲੀ ਗੱਲ ਤਾਂ ਅਨੁਸ਼ਾਸਨ ਕਮੇਟੀ ਨੂੰ ਲੈ ਕੇ ਔਰ ਪਾਰਟੀ ਦੇ ਵਿੱਚ ਅਨੁਸ਼ਾਸਨ ਨੂੰ ਲੈ ਕੇ ਗੱਲ ਕੀਤੀ। ਉਹਨਾਂ ਨੇ ਸਾਫ਼ ਕਿਹਾ ਆ ਕਿ ਪਾਰਟੀ ਦਾ ਅਨੁਸ਼ਾਸਨ ਹਰਗਿਜ਼ ਭੰਗ ਨਹੀਂ ਹੋਣਾ ਚਾਹੀਦਾ ਔਰ ਜੋ ਕੋਈ ਵੀ ਅਨੁਸ਼ਾਸਨ ਭੰਗ ਕਰੇਗਾ ਉਸ ਖਿਲਾਫ਼ ਕਾਰਵਾਈ ਦੀ ਮੰਗ ਜਿਹੜੀ ਹੈ ਉਹ ਵਰਕਰ ਕਰਦੇ ਨਜ਼ਰ ਆ ਰਹੇ ਨੇ। ਦੱਸ ਦਈਏ ਕਿ ਦਵਿੰਦਰ ਯਾਦਵ ਜਿਹੜੇ ਕਿ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਪ੍ਰਧਾਨ ਨੇ ਔਰ ਪੰਜਾਬ ਫਿਲਹਾਲ ਇਸ ਵੇਲੇ ਮੌਜੂਦ ਨੇ, ਉਹਨਾਂ ਦੇ ਅਧੀਨ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਇਹ ਮੀਟਿੰਗਸ ਕੀਤੀਆਂ ਜਾ ਰਹੀਆਂ ਨੇ ਅਤੇ ਇਸੇ ਮੀਟਿੰਗ ਦੇ ਵਿੱਚ ਜਦੋਂ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਵਰਕਰਾਂ ਦਾ ਸਾਫ਼ ਕਹਿਣਾ ਸੀ ਕਿ ਅਨੁਸ਼ਾਸਨ ਹਰਗਿਜ਼ ਭੰਗ ਨਹੀਂ ਹੋਣਾ ਚਾਹੀਦਾ। ਯਾਨੀ ਕਿ ਅਸਿੱਧੇ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਟਿੱਪਣੀ ਹੁੰਦੀ ਨਜ਼ਰ ਆ ਰਹੀ ਸੀ, ਅਸਿੱਧੇ ਤੌਰ ਦੇ ਉੱਤੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਟਿੱਪਣੀ ਕੀਤੀ ਜਾ ਰਹੀ ਸੀ ਅਤੇ ਉਸੇ ਨੂੰ ਲੈ ਕੇ ਵਰਕਰਾਂ ਨੇ ਵੀ ਇਤਰਾਜ਼ ਜਿਤਾਇਆ ਔਰ ਕਿਹਾ ਕਿ ਅਨੁਸ਼ਾਸਨ ਭੰਗ ਕਰਨ ਵਾਲੇ ਦੇ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵਰਕਰਾਂ ਨੇ ਇੱਥੋਂ ਤੱਕ ਵੀ ਇਤਰਾਜ਼ ਜਿਤਾਇਆ ਕਿ ਵੱਡੇ ਲੀਡਰ ਜਿਹੜੇ ਨੇ ਉਹਨਾਂ ਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ, ਜਦਕਿ ਛੋਟੇ ਲੀਡਰਾਂ ਦੇ ਖਿਲਾਫ਼, ਛੋਟੇ ਨੇਤਾਵਾਂ ਦੇ ਖਿਲਾਫ਼ ਕਾਰਵਾਈ ਕਰ ਦਿੱਤੀ ਜਾਂਦੀ ਹੈ। ਹਾਈਕਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਅਨੁਸ਼ਾਸਨ ਭੰਗ ਕਰਨ ਵਾਲੇ ਦੇ ਖਿਲਾਫ਼ ਕਾਰਵਾਈ ਕੀਤੀ ਜਾਵੇ। ਦੂਜੀ ਗੱਲ, ਗੱਠਜੋੜ ਦੇ ਬਾਰੇ ਚਰਚਾ ਹੋ ਰਹੀ ਸੀ, ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਗੱਠਜੋੜ ਉੱਤੇ ਇਨਕਾਰ ਹੀ ਕੀਤਾ ਗਿਆ ਹੈ, ਗੱਠਜੋੜ ਦੇ ਬਾਰੇ ਕੋਈ ਵਿਚਾਰ ਚਰਚਾ ਨਹੀਂ ਕੀਤੀ ਗਈ। ਹਾਲਾਂਕਿ ਦੇਵੇਂਦਰ ਯਾਦਵ ਦਾ ਇਹ ਜ਼ਰੂਰ ਕਹਿਣਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਵਰਕਰਾਂ ਦੇ ਕਹਿਣ ਮੁਤਾਬਕ ਹੀ ਫੈਸਲਾ ਲਿਆ ਜਾਵੇਗਾ। ਜਿਸ ਤਰ੍ਹਾਂ ਉਹ ਕਹਿਣਗੇ ਉਸੇ ਤਰ੍ਹਾਂ ਇਸ ਫੈਸਲੇ ਨੂੰ ਲਿਆ ਜਾਵੇਗਾ, ਉਸੇ ਤਰ੍ਹਾਂ ਇਸ ਫੈਸਲੇ ਦਾ ਪ੍ਰੋਗਰਾਮ ਵਿੱਢਿਆ ਜਾਵੇਗਾ ਕਿ ਗੱਠਜੋੜ ਹੋਵੇਗਾ ਜਾਂ ਨਹੀਂ। INDIA ਗੱਠਜੋੜ ਨੂੰ ਲੈ ਕੇ ਚਰਚਾਵਾਂ ਬੜੀਆਂ ਹੋਈਆਂ ਨੇ। ਹਾਲਾਂਕਿ ਇੱਕ ਪਾਸੇ ਤਾਂ ਗੈਰ ਰਸਮੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਦੇ ਵੱਲੋਂ, ਖਾਸ ਕਰਕੇ CM ਭਗਵੰਤ ਮਾਨ ਦੇ ਵੱਲੋਂ ਗੱਲ ਕਰਕੇ ਫੈਸਲਾ ਕਰ ਲਿਆ ਗਿਆ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਇਕੱਲਿਆਂ ਚੋਣ ਲੜੇਗੀ, ਪਰ ਦੂਜੇ ਪਾਸੇ ਕਾਂਗਰਸ ਪਾਰਟੀ ਅਜੇ ਵੀ ਆਪਣੇ ਵਰਕਰਾਂ ਦੇ ਨਾਲ ਗੱਲਬਾਤ ਕਰ ਰਹੀ ਹੈ। ਟਿਕਟਾਂ ਨੂੰ ਲੈ ਕੇ, ਟਿਕਟਾਂ ਦੀ ਵੰਡ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਫੈਸਲੇ ਲਏ ਜਾ ਸਕਦੇ ਨੇ। ਅਜੇ ਵੀ ਲੋਕ ਸਭਾ ਚੋਣਾਂ ਨੂੰ ਟਾਈਮ ਹੈਗਾ ਆ, ਔਰ ਟਾਈਮ ਆਉਣ ਤੱਕ ਹੋਰ ਕਿਹੜੇ ਵੱਡੇ ਫੈਸਲੇ ਕਰ ਲਏ ਜਾਂਦੇ ਨੇ, ਕਿਹੜੇ ਗੱਠਜੋੜ ਹੋਣਗੇ, ਕਿਹੜੇ ਟੁੱਟਣਗੇ, ਇਹ ਸਮਾਂ ਦੱਸੇਗਾ। ਜੋ ਵੀ ਹੋਏਗਾ ਦੱਸਦੇ ਰਹਾਂਗੇ, ਰੁਤਖ ਲਈ ਬਣੇ ਰਹੋ INDIA ਪੰਜਾਬੀ ਤੇ। ਇਹਦੀ ਬਾਤ ਸੁਣੋ, ਸਾਰੀ ਸੀਨੀਅਰ ਲੀਡਰਸ਼ਿਪ ਕੀ ਬਾਤ ਹੋ ਚੁੱਕੀ ਹੈ ਔਰ ਹਮੇ ਪੂਰਨ ਫੇਥ ਹੈ ਕਿ ਜੋ ਹਮਾਰਾ ਵਰਕਰ ਹੈ ਪੰਜਾਬ ਕਾ, ਉਸਕੀ ਜੋ ਉਸਕੀ ਐਸਪੀਰੇਸ਼ਨਸ ਹੈ ਜਾਂ ਉਨਕੀ ਮਨ ਕਾ ਜੋ ਸੈਂਟੀਮੈਂਟ ਹੈ, ਉਸਕੀ ਕਦਰ ਸੈਂਟਰ ਦੀ ਜੋ ਹਮਾਰੀ ਪਾਰਟੀ ਹਾਈਕਮਾਂਡ ਉਸਕੀ ਕਦਰ ਕਰੇਗਾ, ਉਸਕੇ ਮੁਤਾਬਕ ਹੀ ਫੈਸਲਾ ਆਏਗਾ। ਕਿਆ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਗਠਬੰਧਨ ਹੋਊਗਾ ਕਿ ਨਹੀਂ ਹੋਊਗਾ? आपको इतना कुछ समझाने के बाद आपको समझ नहीं आया जी? मैं तो आपको कह रहा हूँ कि ये सारा फैसला तो पार्टी हाईकमांड ने करना है, मगर सभी के सेंटीमेंट जो हैं वो तो ऑलरेडी पहुंच चुके हैं। वो तो सिद्धू को भी पार्टी में मेंबर लिया गया है, मुझे इस बात विरोध किया जा रहा था। ये सारी बात आप यादव साहब से, जो भी फीडबैक हमारे वर्कर्स की आई है, हमारे लीडर्स की आई है, वो मैंने अपडेट कर दिया है लीडरशिप को। एंड लीडरशिप जो भी फैसला लेगी वो हमारे स्टेट लीडर्स के साथ चर्चा करने के पश्चात ही लेगी। सर, नवजोत जी कहीं ना कहीं अलग भी नजर आ रहे हैं, आज भी करतारपुर साहब गए हैं, इधर मीटिंग्स हो रही हैं, तो कहीं ना कहीं लगता है कि पैरेलल चल रहे हैं पार्टी के? नहीं नहीं, ऐसा कुछ नहीं है, क्योंकि आपने देखा होगा कि हम पार्लियामेंट वाइज मीटिंग कर रहे हैं और जो भी पार्लियामेंट के हमारे लीडर साहब हैं वो इस मीटिंग में रहेंगे। सर, कहीं ना कहीं पार्टी निकालने की बात हुई, अभी आपने संभाला सर अपना कार्यभार, ग्राउंड लेवल पे फीडबैक कैसा वर्कर्स का और किस तरह का पोटेंशियल? अच्छी बात यह है कि हमारा संगठन तैयार है जी, हमारा संगठन मजबूत है और मैं समझता हूँ जब संगठन मजबूत होगा, तैयार होगा, तो फील्ड में भी हम उतने अच्छे तरीके से काम करेंगे। कुछ अहम मुद्दे जो आपने आइडेंटिफाई किए हो, जो सबसे पोटेंशियल और क्रूशियल लग रहे हैं? मुख्य मुद्दा है लॉ एंड ऑर्डर, मुख्य मुद्दा है यहाँ पर, बहुत सारे मुद्दे हैं, लेकिन जैसा मैंने कहा कि हम चाहते हैं कि हमारा संगठन जो है वो मजबूत रहे और वो तैयार रहे, और मुझे लग रहा है कि पूरी तरीके से हमारा संगठन तैयार है। सब्सक्राइब टू INDIA चैनल एंड नेवर मिस एन अपडेट।